ਨਾਂ ਨਹੀਂ ਲਿਖਾਉਂਦੇ, ਗੁਪਤਦਾਨ ਕਹਿੰਦੇ ਨੇ ਗੁਪਤ, ਉਹਨੂੰ ਚੰਗਾ ਵੀ ਸਮਝਦੇ ਲੋਕ। ਕਈ ਕਹਿੰਦੇ ਨੇ ਸਾਡਾ ਤਾਂ ਉੱਥੇ ਲਿਖਿਆ ਕਿਉਂ ਨਹੀਂ, ਸਾਡਾ ਨਾਂ ਨਹੀਂ ਬੋਲਿਆ। ਆਪਣੀ ਆਪਣੀ ਸਮਝ। ਕਿਤੇ ਮੰਗੈ ਜੋਧ ਅਪਾਰ, ਦੇਖੋ ਕਿਤੇ ਅਪਾਰ ਜੋਧੇ ਹੁੰਦੇ ਹੋਏ ਵੀ ਉਹ ਤਾਂ ਸ਼ਕਤੀ ਮੰਗਦੇ ਨੇ, ਅਪਾਰ ਜੋਧੇ ਹੁੰਦੇ ਹੋਏ ਵੀ ਹੋਰ ਮੰਗਦੇ ਨੇ, ਉਹ ਤਾਂ ਮੰਗਦੇ ਰਹੇ ਨੇ। ਇੱਥੇ ਇੱਥੇ ਮੰਗਾ ਜੋਧ ਅਪਾਰ, ਅਪਾਰ ਜੋਧੇ ਸੀ ਸਾਰੇ ਸੰਸਾਰ ਦੇ ਵਿੱਚ, ਤਕੜੇ ਹੁੰਦੇ ਹੋਏ ਵੀ ਫਿਰ ਵੀ ਉਹ ਤਾਂ ਹੀ ਮੰਗਦੇ ਰਹੇ ਨੇ, ਯੱਗ ਕਰਕੇ ਕੁਛ ਕਰਕੇ ਮੰਗਦੇ ਰਹੇ। ਕਹਿੰਦੇ ਆ ਗਣਤ ਨਹੀਂ ਵਿਚਾਰ, ਕਿੰਨੇ ਮੰਗ ਚੁੱਕੇ ਆ, ਮੰਗਦੇ ਨੇ ਆ, ਮੰਗ ਰਹੇ ਨੇ, ਕੋਈ ਗਿਣਤੀ ਇਹ ਵੀ ਨਹੀਂ ਦੱਸ ਸਕਦੇ ਅਸੀਂ। ਉਹ ਮੰਗਣ ਵਾਲਿਆਂ ਦੀ ਗਿਣਤੀ ਵੀ ਨਹੀਂ ਦੱਸ ਸਕਦੇ। ਕਿਤੇ ਖੱਪ ਟੁੱਟੇ ਬੇਕਾਰ, ਕਿਤੇ ਖੱਪ ਜਾਂਦੇ ਨੇ, ਖੱਪੀ ਜਾਂਦੇ ਨੇ, ਖੱਪ ਕੇ ਟੁੱਟ ਜਾਂਦੇ ਨੇ ਵਿਕਾਰਾਂ ਦੇ ਵਿੱਚ। ਜਿਹੜੇ ਸ਼ਕਤੀਆਂ ਮੰਗਣੀਆਂ ਨੇ ਨਾ, ਸ਼ਕਤੀਆਂ ਵਿਕਾਰੇ ਨੇ, ਸ਼ਕਤੀਆਂ ਮੰਗ ਕੇ ਸ਼ਕਤੀਆਂ ਦੀ ਵਰਤੋਂ ਕਰਨੀ ਖੱਪਣਾ ਹੀ ਹੁੰਦਾ। ਇਹ ਵਿਕਾਰ ਮੰਗਦੇ ਨੇ, ਵਿਕਾਰਾਂ 'ਚ ਖੱਪ ਕੇ ਟੁੱਟ ਕੇ ਆਖਿਰ ਨੂੰ ਮਰ ਜਾਂਦੇ, ਕਿਉਂਕਿ ਪੁਰਾਣਾ ਤਾਂ ਹੋਣਾ ਹੀ ਹੈ ਸਰੀਰ। ਝਗੜਿਆਂ 'ਚ ਖੱਪਦੇ ਰਹਿੰਦੇ ਨੇ ਸੰਸਾਰ ਜਿੱਤਣ ਨੂੰ, ਆਖਿਰ ਖੱਪੇ ਸਰੀਰ ਟੁੱਟ ਜਾਂਦਾ, ਆਖਿਰ ਪੁਰਾਣਾ ਹੋ ਜਾਂਦਾ। ਬੇਕਾਰ ਕੰਮਾਂ ਦੇ ਵਿੱਚ ਲੱਗੇ ਹੋਏ, ਜਿਹੜੇ ਬੇਕਾਰ ਕੰਮ ਨੇ ਨਾ, ਅਬਰ ਕਾਜ ਤੇਰੇ ਕਿਤੇ ਨਾ ਕੰਮ, ਉਹ ਸਾਰੇ ਵਿਕਾਰੇ ਨੇ, ਉਹ ਵੀ ਵਿਕਾਰੇ ਨੇ। ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਏ। ਇੰਨੇ ਆਦਮੀ ਨੇ ਜਿਨ੍ਹਾਂ ਦੀ ਗਿਣਤੀ ਨਹੀਂ, ਕਿ ਦਾਤ ਤਾਂ ਤੂੰ ਦਿੰਦੇ, ਤੇਤੋਂ ਲੈ ਲੈਂਦੇ ਨੇ, ਬਾਅਦ 'ਚੋਂ ਆਪਣੀ ਬਣਾ ਲੈਂਦੇ, ਉਹ ਕਿੰਨੇ ਨੇ ਉਹਨਾਂ ਦੀ ਵੀ ਗਿਣਤੀ ਕੋਈ ਨਹੀਂ। ਜਦੋਂ ਅਸੀਂ ਗੁਰਦੁਆਰੇ ਜਾ ਕੇ ਕੋਈ ਚੀਜ਼ ਦਾਨ ਕਰਦੇ ਹਾਂ, ਨਾਂ ਲਿਖਾਉਂਦੇ, ਆਪਣੀ ਮੰਨ ਕੇ ਹੀ ਕਰਦੇ ਹਾਂ, ਅਤੇ ਦਾਤ ਤਾਂ ਹੈ ਨਹੀਂ। ਪਹਿਲਾਂ ਤਾਂ ਮੰਗ ਕੇ ਦਾਤ ਲਈ ਹੈ, ਦਾਤ ਲੈ ਕੇ ਮੁੱਕਰ ਕੇ ਦਾਤ ਪਿਆ ਨਹੀਂ ਵਿਸਰਿਆ। ਫਿਰ ਆਪਣੀ ਬਣ ਗਈ ਨਾ ਦਾਤ, ਦਾਤ ਆਪਣੀ ਨਹੀਂ ਹੁੰਦੀ, ਦਾਤ ਆਪਣੀ ਨਹੀਂ। ਲੰਗਰ ਜੋ ਪ੍ਰਸ਼ਾਦੇ ਲਿਆ ਆਪਾਂ, ਜੰਗ ਚੱਲਦਾ ਉੱਥੋਂ ਲਾਇਆ, ਉਹ ਆਪਣਾ ਨਹੀਂ, ਉਹ ਆਪਣਾ ਹੁੰਦਾ, ਆਪਣਾ ਨਹੀਂ ਹੁੰਦਾ, ਉਹ ਵਰਤਾ ਦਿੰਦੇ ਆ ਹੋਰਾਂ ਨੂੰ, ਵਰਤਾ ਕੇ ਛਕਣ 'ਚ ਸਮਾਂ ਰਿਲੀਫ ਹੁੰਦਾ, ਖੁਸ਼ੀ ਹੁੰਦੀ। ਹਰ ਸਿਆਣੇ ਆਦਮੀ ਚਾਹੁੰਦੇ ਨੇ ਵੀ ਮੈਂ ਚਲੋ ਥੋੜ੍ਹਾ ਹੀ ਛਕਾਂ, ਕੋਈ ਗੱਲ ਨਹੀਂ, ਕਿਹੜਾ ਪ੍ਰਸ਼ਾਦ ਹੈ, ਕੋਈ ਆਪਣਾ ਲੈ ਕੇ ਉਹਨੂੰ ਵਰਤਾ ਦਿੰਦੇ, ਆਪ ਥੋੜ੍ਹਾ ਜਿਹਾ ਛਕ ਲੈ, ਜਿਵੇਂ ਕਿਹੜਾ ਪ੍ਰਸ਼ਾਦ, ਤਾਂ ਅਸੀਂ ਇਹ ਨਹੀਂ ਸਮਝਦੇ ਮੇਰਾ ਇਹ। ਇਵੇਂ ਦਾਤ ਕੋਈ ਵੀ ਨਹੀਂ, ਸਾਰੀਆਂ ਦਾਤਾਂ ਹੀ ਪ੍ਰਸ਼ਾਦ ਹੈ, ਉਹ ਵੀ ਦਾਤ ਹੈ, ਉਹ ਵੀ ਗੁਰਪ੍ਰਸਾਦ ਹੈ। ਉਹ ਉੱਥੋਂ ਇੱਕ ਅਸੀਂ ਸ਼ੁਰੂ ਕਰਨੀ ਹੈ ਗੱਲ, ਇਹ ਕਿਹੜਾ ਪ੍ਰਸ਼ਾਦ, ਉਹ ਤਾਂ ਸ਼ੁਰੂ ਕਰਨੀ, ਜਿਵੇਂ ਇਹ ਸਾਡਾ ਨਹੀਂ ਹੈ ਤਾਂ ਕੁਛ ਵੀ ਸਾਡਾ ਨਹੀਂ, ਦਾਤ ਹੈ। ਕਿਤੇ ਮੂਰਖ ਖਾਈ ਖਾਏ, ਕਿਤੇ ਮੂਰਖ ਖਾਈ ਖਾਏ, ਕਿੰਨੇ ਮੂਰਖ ਨੇ ਖਾਏ ਵੀ ਜਾਂਦੇ ਨੇ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਦਾਤ ਹੈ, ਉਹ ਦਾਤ ਦਾ ਵੀ ਨਹੀਂ ਪਤਾ ਉਹਨਾਂ ਨੂੰ, ਖਾਈ ਜਾਂਦੇ ਨੇ, ਓਵਰ ਟਾਈਮ ਲੱਗ ਜਾਂਦਾ, ਪੈਸਾ ਕਹਿੰਦੇ ਓਵਰ ਟਾਈਮ ਲਾਇਆ, ਮਿਹਨਤ ਮੇਰੀ ਹੈ, ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਸਰੀਰ ਨੇ ਕੰਮ ਕੀਤਾ ਉਹਦਾ ਸਾਹ ਕੌਣ ਲੈਂਦਾ, ਸਰੀਰ ਕਿਵੇਂ ਚੱਲਦਾ ਤੇਰਾ, ਸਾਹ ਕੌਣ ਲੈਂਦਾ, ਜੋ ਸਾਹ ਲੈਣਾ ਛੱਡ ਦੇਵੇ ਫਿਰ ਕਰੇਗਾ ਕੰਮ। ਇਹ ਚੀਜ਼ ਦੀ ਸਮਝ ਨਹੀਂ ਆਉਂਦੀ, ਗੁਰ ਖਾਏ ਖਾਏ, ਚਲੋ ਉਹ ਖਾਈ ਜਾਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਵਿਚਾਰਿਆਂ ਨੂੰ ਪਾਸੇ, ਜਿਹੜੇ ਅਜਿਹੀਆਂ ਗੱਲਾਂ ਦੱਸਦੇ ਉਹ ਕਹਿੰਦੇ ਛੱਡੋ ਪਰੇ, ਤਾਂ ਐਵੇਂ ਪਾਗਲੀਆਂ ਗੱਲਾਂ ਨੇ, ਉਹ ਧਰਮ ਦੀਆਂ ਗੱਲਾਂ ਨੂੰ ਵੀ ਪਾਗਲੀਆਂ ਸਮਝਦੇ,
ਇਹ ਤਾਂ ਵਿਹਲਿਆਂ ਦਾ ਕੰਮ ਹੈ, ਅਸੀਂ ਤਾਂ ਕੰਮ ਵਾਲੇ ਆਦਮੀ ਹਾਂ, ਤੜਕੇ ਉੱਠ ਕੇ ਫਿਰ ਦਿਹਾੜੀ ਦੇ ਜਾਣ, ਉਹ ਤਾਂ ਕੰਮ ਵਾਲੇ ਆਦਮੀ ਨੇ। ਕਿਰਤਿਆਂ ਦੁੱਖ ਭੁੱਖ ਸਦਮਾਰ, ਇਹ ਵੀ ਦਾਤ ਤੇਰੀ ਦਾਤ। ਬਹੁਤ ਸਾਰੇ ਐਸੇ ਵੀ ਨੇ ਸਦਾ ਹੀ ਉਹਨਾਂ ਨੂੰ ਦੁੱਖ ਔਰ ਭੁੱਖ ਦੀ ਮਾਰ ਪਈ ਰਹਿੰਦੀ, ਇਹ ਦਾਤਾਰੇ ਵੀ ਤੇਰੀ ਦੇਣ ਹੈ, ਉਹਨੂੰ ਦਾਤ ਹੈ। ਕੀ ਅਸੀਂ ਦਾਤ ਮੰਨਦੇ ਹਾਂ? ਕੀ ਜਿਹੜੇ ਸੰਤ ਲੋਕ ਭਲਾਈ ਦਾ ਕੰਮ ਕਰਦੇ ਦਾਤ ਮੰਨਦੇ ਨੇ? ਉਹ ਤਾਂ ਉਹਨੇ ਦਾਤ ਦਿੱਤੀ ਹੈ। ਸਭ ਜਿਹੜੀਆਂ ਸਮਾਜ ਦੇ ਕੰਮ ਨੇ, ਇਹ ਉਹਦੇ 'ਚ ਵਿਘਨ ਪਾਉਣ ਵਾਲੀ ਗੱਲ, ਗੁਰਬਾਣੀ ਕੁਛ ਹੋਰ ਕਹਿੰਦੀ ਹੈ। ਇਹ ਦਾਤ ਹੈ ਉਹਨਾਂ ਨੂੰ, ਘੜੀਏ ਘੜੀਏ ਮਾਰੀਏ, ਉਹਨਾਂ ਦੇ ਨੁਕਸ ਕੱਢ ਰਹੇ ਹੈ ਤੂੰ। ਉਹ ਹਰ ਵਕਤ ਤੈਨੂੰ ਯਾਦ ਤਾਂ ਹੀ ਰੱਖ ਸਕਦੇ ਨੇ, ਜ਼ਿਆਦਾ ਗਲਤੀਆਂ ਕੀਤੀਆਂ ਹੋਈਆਂ ਉਹਨਾਂ ਦੀਆਂ, ਜ਼ਿਆਦਾ ਖਰਾਬੀ ਹੈ ਉਹਨਾਂ ਦੇ ਵਿੱਚ, ਸੁਧਰ ਜਾਣ ਉਹ, ਇਹ ਜਨਮ 'ਚ ਵੱਧ ਤੋਂ ਵੱਧ ਖੱਟ ਕੇ ਲਿਜਾਣ ਉਹ, ਤਾਂ ਉਹਨਾਂ ਨੂੰ ਇਹ ਕੀਤਾ। ਦਾਤ ਹੈ ਇਹ, ਦਾਤਾਰੇ ਵੀ ਦਾਤ ਹੈ। ਹੁਣ ਦ੍ਰਿਸ਼ਟੀਕੋਣ ਗੁਰਬਾਣੀ ਦਾ ਕੀ ਹੈ, ਸਿੱਖਾਂ ਦਾ ਕੀ ਹੈ, ਸਿੱਖਾਂ ਦਾ ਦ੍ਰਿਸ਼ਟੀਕੋਣ ਕੀ ਹੈ, ਕੀ ਦ੍ਰਿਸ਼ਟੀਕੋਣ ਹੈਗਾ ਹੈ ਸਾਡਾ? ਦ੍ਰਿਸ਼ਟੀਕੋਣ ਨਹੀਂ ਸਾਡਾ ਤਾਂ ਰਿਹਾ ਕਿ ਪਰਮੇਸ਼ਰ ਦੇ ਘਰ ਕੋਈ ਘੱਟ ਹੈ ਕਿਸੇ ਗੱਲ, ਘਰ ਤਾਂ ਤੇਰੇ ਸਭ ਕੁਛ ਹੈ, ਕੀ ਇਹ ਗੱਲ ਝੂਠ ਹੈ? ਕਿਉਂ ਨਹੀਂ ਦਿੰਦਾ ਫਿਰ, ਪਾਗਲ ਆ ਉਹ, ਇਹਨਾਂ ਨੇ ਜਿੱਦ ਕਰਦਾ ਹੈ, ਫਿਰ ਦਾਦਾ ਕਾਹਦਾ ਹੋਇਆ ਜੇ ਜਿੱਦ ਕਰਦਾ, ਦਾਦਾ ਕਾਹਦਾ ਹੋਇਆ? ਉਹ ਕਿਉਂ ਹੈ ਉਹੀ ਜਾਣ, ਸੰਸਾਰ ਨੂੰ ਦੇਖੋਗੇ ਤਾਂ ਗੁਰਮਤਿ ਦੇ ਰਸਤੇ 'ਤੇ ਨਹੀਂ ਚੱਲਿਆ ਜਾ ਸਕਦਾ। ਜਿਹੜਾ ਆਦਮੀ ਸੰਸਾਰ ਨੂੰ ਦੇਖੂਗਾ ਗੁਰਬਾਣੀ ਦੇ ਰਸਤੇ 'ਤੇ ਨਹੀਂ ਚੱਲ ਸਕਦਾ। ਬਸ ਸੰਸਾਰ ਨੂੰ ਦੇਖਣਾ ਸੀ ਕਿਹੜਾ ਪੈਦਾ ਕੀਤਾ, ਸਾਡੀ ਜ਼ਿੰਮੇਵਾਰੀ ਹੈ ਸੰਸਾਰ ਦੀ। ਜਿਹਦੀ ਜ਼ਿੰਮੇਵਾਰੀ ਹੈ ਉਹ ਦੇਖੇ ਸੰਸਾਰ ਨੂੰ, ਉਹ ਦੇਖਦਾ, ਪਾਲ ਕੇ ਐਵੇਂ ਨਹੀਂ ਛੱਡ ਦਿੰਦਾ, ਉਹ ਦੇਖ ਵੀ ਰਿਹਾ, ਦੇ ਵੀ ਰਿਹਾ, ਸਭ ਕੁਛ ਕਰ ਰਿਹਾ। ਸਾਡੇ ਨੂੰ ਜ਼ਿਆਦਾ ਜ਼ਿੰਮੇਵਾਰ ਹੈ, ਸਾਨੂੰ ਫਿਕਰ ਬੜਾ ਪਿਆ ਉਹਨਾਂ ਦਾ, ਲੋਕਾਂ ਦਾ। ਕਿਉਂ ਫਿਕਰ ਪਿਆ? ਆਪਣਾ ਫਿਕਰ ਕਿਉਂ ਨਹੀਂ ਪਿਆ? ਜਿਹੜਾ ਕੰਮ ਕਰਨਾ ਹੈ ਉਹ ਕਿਉਂ ਨਹੀਂ ਕੀਤਾ? ਆਪਣਾ ਫਿਕਰ ਪਹਿਲਾਂ ਰੱਖੋ। ਇਹ ਪੁੰਨਦਾਨ ਨਹੀਂ ਹੈ ਜਿਹਨੂੰ ਤੁਸੀਂ ਪੁੰਨਦਾਨ ਸਮਝਦੇ ਹੋ, ਬਾਹਮਣ ਦਾ ਕਿਹਾ ਹੋਇਆ ਪੁੰਨਦਾਨ ਹੈ, ਇਹ ਪੰਡਿਤ ਦੀ ਪੜ੍ਹਾਈ ਹੈ ਪੁੰਨਦਾਨ। ਗੁਰਬਾਣੀ ਕਹਿੰਦੇ ਦਿਆ ਜਾਣੇ ਜੀ ਕੀ ਕੁਛ ਪੁੰਨਦਾਨ ਕਰੇ, ਉਹਨਾਂ ਨੂੰ ਇਹ ਸਮਝਾਓ ਵੀ ਤਕੜੇ ਰਹੋ, ਕੋਈ ਨਹੀਂ, ਇਹ ਤਾਂ ਤੁਹਾਡਾ ਇਮਤਿਹਾਨ ਹੈ, ਉਹਨੂੰ ਭੁੱਲੋ ਨਾ, ਠੀਕ ਹੋ ਜਾਓਗੇ। ਜੇ ਉਹ ਪਰਮੇਸ਼ਰ ਦੇ ਭਾਣੇ ਚੱਲਣ, ਆਪੇ ਠੀਕ ਹੋ ਜੂ, ਕਰ ਦੂਗਾ ਕਰੂ ਤਾਂ ਉਹੀ ਠੀਕ, ਤੁਹਾਡੇ ਦਿੱਤੇ ਤੇ ਉਹ ਵੀਰ ਨਹੀਂ ਹੋਣ ਲੱਗੇ, ਡੰਗ ਦੀ ਰੰਗ ਰੋਟੀ ਖਾ ਲੈਣਗੇ। ਇਹ ਤਾਂ ਸਰਕਾਰਾਂ ਨੇ ਇਹੋ ਜਿਹਾ ਕੰਮ ਕਰਦੀਆਂ ਹੁੰਦੀਆਂ, ਸਰਕਾਰਾਂ ਇਹੋ ਜਿਹਾ ਕੰਮ ਕਰਦੀਆਂ, ਇਹਦੇ ਸਿਰ 'ਤੇ ਤਾਂ ਉਹਨਾਂ ਨੇ ਰਾਜ ਕਰਨਾ ਹੁੰਦਾ। ਸਰਕਾਰਾਂ ਨੇ 15 ਪੈਸੇ ਦਿੰਦੀਆਂ ਨੇ, 85 ਪੈਸੇ ਖਾਂਦੀਆਂ ਨੇ ਉਹ 'ਚੋਂ, 85 ਪੈਸੇ ਤਾਂ ਹੀ ਖਾਣਗੇ ਜੇ ਗਰੀਬਾਂ ਦਾ ਨਾਂ ਲੈਣਗੇ। ਇਹ ਤਾਂ ਉਹਨਾਂ ਲੋਕਾਂ ਦੇ ਕੰਮ ਨੇ ਜਿਨ੍ਹਾਂ ਨੇ ਉਹਨਾਂ ਦੇ ਬਹਾਨੇ 'ਤੇ 85 ਪੈਸੇ ਖਾ ਲੈਣੇ ਨੇ, ਭਗਤਾਂ ਦਾ ਕੰਮ ਨਹੀਂ ਹੈ, ਰਵਿਦਾਸ ਨੇ ਨਹੀਂ ਇਹ ਕੰਮ ਕੀਤਾ, ਕਬੀਰ ਨੇ ਨਹੀਂ ਇਹ ਕੰਮ ਕੀਤਾ, ਗੁਰੂ ਘਰ ਨੇ ਨਹੀਂ ਇਹ ਕੰਮ ਕੀਤਾ। ਲੰਗਰ ਤਾਂ ਇਸ ਕਰਕੇ ਉੱਥੇ ਚੱਲਦਾ ਸੀ, ਜਿਹੜੀ ਸੰਗਤ ਆਉਂਦੀ ਸੀ ਉਹਨੂੰ ਤਾਂ ਲੰਗਰ ਹੁਣ ਛਕਣਾ ਹੀ ਸੀ, ਦੋ ਦੋ ਚਾਰ ਚਾਰ ਦਿਨ ਰਹਿੰਦੇ ਸੀ, ਉਹਦਾ ਕਿਤੇ ਵੀ ਖਾਂਦੇ ਰੋਟੀ ਤਾਂ ਖਾਣੀ ਉਹ ਸੀ। ਨੱਕ ਨੱਤ ਖਸਮਤ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚੇ, ਜੇ ਘਰ ਰਹਿੰਦੇ ਤਾਂ ਵੀ